ਦੇਖੋ ਬੈੱਡ ਸ਼ੀਟ, ਬੈੱਡ ਸ਼ੀਟ ਡਬਲ, ਬੈੱਡ ਸ਼ੀਟ ਡਬਲ ਬੈੱਡ ਦੀ, ਦੋ ਪਿੱਲੋ ਨਾਲ, ਓਕੇ ਡਬਲ ਪਿੱਲੋ ਬੈੱਡ ਸ਼ੀਟ ਮੈਂ ਖੋਲ ਕੇ ਦਿਖਾਵਾਂ। ਰੇਟ ਤੁਹਾਨੂੰ ਦੱਸਦੇ ਹਾਂ, ਰੇਟ ਬਿਲਕੁਲ ਸਭ ਤੋਂ ਘੱਟ ਰੇਟ। ਹਾਲੋ ਜਿੰਨੇ ਵੀ ਦਿਖਾਣੇ ਸਾਰੇ ਅਲੱਗ ਅਲੱਗ ਦਿਖਾਣੇ, ਦੇਖੋ ਚਾਹੇ ਸੌ ਪੀਸ ਦੇਖ ਲੋ, ਸੌ ਦਾ ਸੌ ਰੰਗ ਅਲੱਗ, ਰੇਟ ਇੱਕ ਹੀ ਇਹਨਾਂ ਦਾ, ਰੇਟ ਇੱਕ ਹੀ ਹੈ, ਇੱਕ ਹੀ 115 ਰੁਪਏ, 115 ਰੁਪਈਆ। ਦੇਖੋ ਕੱਪੜਾ ਵੀ ਦੇਖੋ, ਚਮਕ ਵੀ ਦੇਖੋ ਕੱਪੜੇ ਦੀ, ਰੇਟ ਵੀ ਕੁਛ ਨਹੀਂ ਆ ਵੀ, ਪੀਸ ਚੈੱਕ ਕਰੋ ਖੋਲ ਕੇ, ਉਸ ਤੋਂ ਬਾਅਦ ਆਹ ਦੇਖੋ ਵੀ ਬਹੁਤ ਸੋਹਣਾ ਪੀਸ ਹੈ ਵੀ, ਦੇਖੋ ਕੱਪੜਾ ਦੇਖੋ, ਸਿਲਾਈਆਂ ਦੇਖੋ ਪੂਰੀਆਂ ਓਕੇ, ਨਹੀਂ ਧਾਗੇ ਧੁੱਗੇ ਬਾਹਰ ਨਿਕਲੇ ਹੋਣਗੇ ਜਾਂ ਚੀਰ ਚਾਦਰ ਦੀ ਸਫਾਈ ਨਹੀਂ ਹੋਊਗੀ। ਆਹ ਪਿੱਲੋ ਦੇਖੋ ਦੋਨੋਂ, ਆਹ ਡਬਲ ਪਿੱਲੋ ਨਾਲ ਆ, ਸਾਈਜ਼ ਪੂਰਾ ਪਿੱਲੋ ਦਾ ਦੇਖੋ। ਇਹਨਾਂ ਦਾ ਕੀ ਪ੍ਰਾਈਸ ਹੈ? ਸਿਰਫ 168 ਰੁਪਏ ਦੀ, 5 ਦੇ ਪੀਸ ਲਾਓ ਫਿਰ। ਹਾਂਜੀ ਫਿਰ ਉਸ ਤੋਂ ਬਾਅਦ ਆ ਗਈ, ਆਹ ਦੇਖੋ 205 ਰੁਪਏ, ਓਕੇ। ਕਲਰ ਆਪਸ਼ਨ ਬਹੁਤ, ਕੱਪੜਾ ਵੀ ਉਸ ਤੋਂ ਸੁਪਰ, ਤਿੰਨ ਦੇ ਪਿੱਲੋ ਦੇਖੋ ਪਹਿਲੇ ਤੁਸੀਂ ਬਾਰਡਰ ਵਾਲੇ, ਆਹ ਦੇਖੋ ਪਿੱਲੋ ਦੇਖੋ, ਸਾਈਜ਼ ਦੇਖੋ ਪਿੱਲੋ ਦਾ, ਆਹ ਸਾਰੇ ਬਾਰਡਰ ਬਣੇ ਆ ਟੋਟਲ। ਆਹ ਦੇਖੋ ਦੋਨੋਂ ਪਿੱਲੋ ਪੀਸ ਬਹੁਤ ਵਧੀਆ ਨੇ। ਆਹ ਦੇਖੋ ਡਿਜ਼ਾਇਨ ਦੇਖੋ, ਖੋਲ ਕੇ ਖਾਂਦੇ ਪੀਸ ਤੁਹਾਨੂੰ, ਰੇਟ ਵੀ ਕੁਛ ਨਹੀਂ ਹੁੰਦਾ। 205 ਰੁਪਏ, 205 ਰੁਪਏ ਚੱਦਰ, 205 ਰੁਪਏ ਮਾਲ ਮਿਲਦਾ ਨੀ, ਇਹ ਲੋਕੀ ਖੋ ਖੋ ਲੈ ਕੇ ਜਾਂਦੇ ਮਾਲ ਸਾਡੇ ਤੋਂ, ਖੋ ਖੋ ਕੇ ਗੱਠਾ, ਅੱਜ ਵੀ ਚਾਰ ਗੱਠਾ ਲਿਖੀਆਂ ਪਈਆਂ ਕਿਸੇ ਕਸਟਮਰ ਦੀਆਂ ਸਾਡੀਆਂ, ਕੋਈ ਰੰਗ ਰੁੰਗ ਰੰਗ ਦੇਖੋ ਆਹ ਦੇਖੋ ਡਿਜ਼ਾਇਨ, ਆਹ ਦੇਖੋ ਪਹਿਲੇ ਇੱਕ ਪਹਿਲਾ ਰੰਗ ਦੇਖੋ, ਹੱਲੋ ਦੂਜਾ, ਹੱਲੋ ਤੀਜਾ, ਹੱਲੋ ਚੌਥਾ, ਸਾਰਾ ਫੋਟੋ ਵਾਲਾ ਮਾਲ ਆ ਨਵੇਂ, ਆਹ ਦੇਖੋ ਓਕੇ, ਜਿੰਨੇ ਰੰਗ ਰੰਗ ਘੱਟੋ ਘੱਟ ਹਰੇਕ 30-40 ਰੰਗ ਹੋਣਗੇ, ਜੇ ਗਾਹਕ ਪਸੰਦ ਕਰਨ ਆਇਆ ਨਾ ਕਿਤੇ ਕਲਰ ਦੇ ਦੋ, ਕਲਰ ਜਿੰਨੇ ਹੈਗੇ ਕੱਢ ਦੋ ਸਾਰੇ, 30 ਰੰਗ ਤਾਂ ਲਓ ਇਹਨਾਂ ਚਾਦਰਾਂ ਚ, ਕਿਹੜੀ ਚੀਜ਼ ਦਾ ਰੰਗ ਤਾਂ ਨਹੀਂ ਲਹੂਗਾ? ਨਾ ਜੀ ਨਾ, ਪੂਰੀ ਗਾਰੰਟੀ ਚਾਦਰਾਂ ਦੀ, ਚਾਦਰਾਂ ਦਾ ਰੰਗ ਨਹੀਂ ਲੱਥਦਾ। ਓਕੇ ਆਹ ਦੇਖੋ ਕਿੰਗ ਸਾਈਜ਼, ਬੜੀ ਸੋਹਣੀ, ਵੱਡਾ ਸਾਈਜ਼ ਨਹੀਂ ਹੁੰਦਾ ਚਾਦਰ ਦਾ? ਹਾਂਜੀ ਹਾਂਜੀ, ਇਹ ਵੱਡਾ ਸਾਈਜ਼ ਹੈ ਕਿੰਗ ਸਾਈਜ਼, ਬਹੁਤ ਵੱਡਾ ਸਾਈਜ਼, ਵੱਡਾ ਸਾਈਜ਼ ਆ। 310 ਰੁਪਏ ਜਿਹੜੇ ਵੱਡੇ ਬੈੱਡ ਦੀਆਂ ਚਾਦਰਾਂ ਹੁੰਦੀਆਂ, ਇਹ 310 ਰੁਪਏ ਕਿਲੋ ਮਿਲੂਗਾ, ਸਿਰਫ 310 ਰੁਪਏ, ਬਹੁਤ ਸੋਹਣੀ, ਸਿਰਫ 310 ਰੁਪਏ। ਲੁੱਟ ਲੁੱਟ ਕੇ ਲੈ ਜਾਣਾ ਲੋਕਾਂ ਨੇ, ਲੁੱਟ ਲੁੱਟ ਕੇ, ਸਾਨੂੰ ਵੀ ਲੁੱਟ ਲੁੱਟ ਕੇ ਲੈ ਜਾਣਾ, ਦੇਖੀ ਲਓ ਦੇਖੋ ਰੰਗ ਦੇਖੋ ਕਲਰ ਦੇਖੋ, ਪੈਕਿੰਗ ਤੋਂ ਹੀ ਪਤਾ ਲੱਗ ਜਾਣਾ ਤੁਹਾਨੂੰ, ਪੈਕਿੰਗ ਤੋਂ ਕਿੰਨੀ ਵੱਡੀ ਹੈ, ਪੈਕਿੰਗ ਦੇ ਪਤਾ ਲੱਗ ਜਾਣਾ ਸਾਈਜ਼ ਵੱਡੇ ਹੈਗੇ ਆ। ਆਹ ਦੇਖੋ 3D ਡਿਜ਼ਾਇਨ ਵਰਗੇ ਡਿਜ਼ਾਇਨ ਹੈ, ਆਹ ਲੋਕ ਬਜਾਜ ਦੀ ਚੱਦਰ ਦੇਖੋ, ਬਜਾਜ ਕੇਸਮੈਂਟ ਦੀ, ਕੇਸਮੈਂਟ ਦੀ ਚੱਦਰ ਹੈ, ਦੋ ਪਿੱਲੋ ਨਾਲ ਹੈ, ਪਿੱਲੋ ਹਰੇਕ ਦੇ ਨਾਲ ਦੋ ਦੋ ਪਿੱਲੋ ਹੋਣਗੇ, ਜਿਹੜੀ ਵੀ ਚੱਦਰ ਦਿਖਾਵਾਂਗੇ। ਕੇਸਮੈਂਟ ਦਾ ਕੱਪੜਾ ਹੁੰਦਾ ਜਿਹੜਾ ਵਰਤੋਂ ਦਾ ਚੀਜ਼, ਉਹਨੂੰ ਪਤਾ ਲੱਗ ਜਾਣਾ ਕੇਸਮੈਂਟ ਦਾ। 320 ਸਾਡੇ ਚੱਦਰ ਦੀ ਰੈਡੀ ਇੰਨੀ ਕੁ ਹੈਗੀ ਹੈ, ਕਹਿਣ ਦੀ ਹੱਦ ਨਹੀਂ, 320 ਹੈਗੀ, ਜਿਵੇਂ ਸਾਈਡ ਦੇ ਲਾਸਟ ਚੜੀ ਹੁੰਦੀ ਨਾ ਉਹ ਚੱਦਰ ਹੈ, ਪਿੱਲੋ ਵੀ ਆਉਂਦੇ, ਦੂਜੇ ਬਾਰਡਰ ਵਾਲੇ ਆ, ਓਕੇ ਵੀਰੇ, ਪਿੱਲੋ ਵੀ ਬਾਰਡਰ ਵਾਲੇ ਆਉਂਦੇ। ਆਹ ਦੇਖੋ ਡਿਜ਼ਾਇਨ ਬੜੀ ਸੋਹਣੀ ਆ, ਡਿਜ਼ਾਇਨ ਹੀ ਸਾਰੀ ਅਲੱਗ ਅਲੱਗ ਹੋਊਗੀ ਜਿੰਨੇ ਡਿਜ਼ਾਇਨ ਹੋਣਗੇ, ਲਾਸਟ ਚੜੀ ਸਾਈਡ ਤੇ ਆ ਦੇਖੋ, ਹਾਂਜੀ ਆਹ ਲਾਸਟ ਚੜੀ ਹੈ, ਕਵਰ ਹੋ ਜਾਂਦਾ ਜਿੱਦਾਂ ਆਪਾਂ ਗੱਦੇ ਤੇ ਚੜਾਉਂਦੇ ਹਾਂ, ਕਵਰ ਹੋ ਜਾਂਦਾ, ਠੀਕ ਹੈ ਨਾ, ਫਿਟਡ ਹੈਗੀ ਹੈ। ਇਹ ਕਿੰਨੇ ਦੀ ਆ? 300 310 ਰੁਪਏ ਦੀ, ਓਕੇ। ਆਹ ਦੇਖੋ ਰੰਗ ਦੇਖੋ, ਰੰਗ ਇਹਦੇ ਵਿੱਚ ਬਈ, ਰੰਗ ਦੇਖੋ ਕਿੰਨੇ ਮਰਜ਼ੀ ਚੱਕ ਲਿਓ, ਕਿ ਅਸੀਂ ਬੈਠੇ ਆ ਤੇ ਗਾਹਕ ਆਪਣੇ ਬੈਠਾ, ਗਾਰੰਟੀ ਲੈਂਦਾ, ਗਾਰੰਟੀ ਅਸੀਂ ਕਹਿੰਦਾ ਮਾਲ ਜਾ ਕੇ ਠਾੜਾ ਕਰੇ ਵੀ ਕੇ ਤੇ ਗਾਹਕ ਠਾੜਾ ਕਰਕੇ ਆਵੇ। ਆ ਦੇਖੋ ਰੰਗ, ਆ ਦੇਖੋ ਹੁਣ ਚਾਦਰ, ਰੰਗ ਦੇਖੋ ਇਹਨਾਂ ਦੇ ਕਿੰਨੇ ਰੰਗ। ਹਾਂਜੀ ਵੀਰੇ, ਆ ਲੋ ਪੈਕਿੰਗ ਵਾਲੀ ਚਾਦਰ, ਓਕੇ ਵੀਰੇ, ਆ ਦੇਖੋ ਬਾਕਸ ਪੈਕਿੰਗ, ਸਭ ਤੋਂ ਘੱਟ ਰੇਟ ਦੇ ਦੇਣਾ ਤੁਹਾਨੂੰ, ਕਿੰਨੇ ਦਾ ਤੁਸੀਂ ਦੱਸੋ, ਕਿੰਨੇ ਦੀ ਦੀ? 5-5, 6-6 ਸੌ ਰੁਪਏ, ਪੀਸ ਤੋਂ ਘੱਟ ਪੀਸ ਨਹੀਂ ਵਿਕਦਾ, ਤੁਹਾਨੂੰ ਦੇ ਦੇਣਾ 245 ਰੁਪਏ ਸਿਰਫ। ਲੈ ਲਓ ਇਹਦਾ ਲੈਵਲ ਨਹੀਂ ਦਿਖਾਵਾਂਗੇ ਅਸੀਂ, ਕਿਉਂਕਿ ਲੋਕੀ ਕਾਪੀਆਂ ਬੜੀਆਂ ਕਰਦੇ ਵੀ ਬੋਕਸ ਦੀਆਂ, ਹਾਂਜੀ ਕਾਪੀਆਂ ਬੜੀ ਕਰਦੇ ਵੀ, ਰੇਟ ਬਹੁਤ ਘੱਟ ਦੇ ਦੇਣਾ ਤੁਹਾਨੂੰ, ਓਕੇ 242 ਰੁਪਏ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਫੀਲਡ ਗੰਜ ਖੜੇ ਹਾਂ, ਅੱਜ ਤੁਹਾਨੂੰ ਦਿਖਾਉਂਦੇ ਹਾਂ ਚਾਦਰਾਂ, ਸੋਫਿਆਂ ਦੇ ਕਵਰ, ਸਨਾਣਿਆਂ ਦੇ ਕਵਰ, ਪਰਦੇ, ਕੰਬਲ, ਸਾਰਾ ਕੁਛ ਇੱਦਾਂ ਦੀਆਂ ਘਰੇਲੂ ਆਈਟਮਾਂ ਦਿਖਾਉਂਦੇ ਹਾਂ, ਪੂਰੀ ਟੋਪ ਦੀ ਕੁਆਲਿਟੀ ਅਤੇ ਰੇਟ ਸੁਣ ਕੇ ਹੈਰਾਨ ਹੋ ਜਾਵੇਗੇ। ਵੀਡੀਓ ਨਾਲ ਬਣੇ ਰਹੋ, ਤੁਹਾਡੇ ਕੰਮ ਦੀ ਵੀਡੀਓ ਆ ਜਾਓ ਜੀ। ਹਾਂਜੀ ਆਹ ਬਾਈ ਉਹਨਾਂ ਦੀ ਸ਼ੋਪ ਆ, ਨੈਤਿਕ ਹੈਂਡਲੂਮ ਨਾਮ ਆ, ਅਤੇ ਉੱਪਰ ਨੰਬਰ ਵੀ ਦਿੱਤਾ ਹੋਇਆ। ਤੁਹਾਨੂੰ ਅੰਦਰ ਲਿਜਾ ਕੇ ਦਿਖਾਉਂਦੇ ਹਾਂ ਸਾਰੀ ਵਰਾਇਟੀ, ਰੇਟ ਬਹੁਤ ਘੱਟ ਅਤੇ ਕੁਆਲਿਟੀ ਪੂਰੀ ਵਧੀਆ। ਵੀਡੀਓ ਨਾਲ ਬਣੇ ਰਹੋ, ਤੁਹਾਡੇ ਕੰਮ ਦੀ ਵੀਡੀਓ ਆ ਜੀ। ਹਾਂਜੀ ਭਾਅ ਜੀ ਕੀ ਹਾਲ ਆ ਜੀ? ਵਧੀਆ ਜੀ, ਰਾਜੇ ਰਾਜੇ ਸਾਰਿਆਂ ਜੀ। ਕੀ ਹੁੰਦਾ ਆਪਣੇ ਕੋਲੇ ਭਾਈ? ਆਪਣੇ ਕੋਲ ਬੈਡਸ਼ੀਟ ਹੁੰਦੀ ਹੈ, ਪਰਦੇ ਹੁੰਦੇ ਆ, ਸੋਫਾ ਕਵਰ ਹੁੰਦੇ ਆ, ਪਿਲੋ ਹੁੰਦੇ ਆ, ਸਾਰੀਆਂ ਆਈਟਮਾਂ ਹੁੰਦੀਆਂ ਐਂਡ ਹੁੰਦੀਆਂ। ਓਕੇ ਵੀਰੇ, ਕੁਆਲਿਟੀ ਵਧੀਆ ਹੋ ਪੂਰੀ? ਕੁਆਲਿਟੀ ਪੂਰੀ, ਰੇਟ ਵੀ ਪੂਰੇ ਘੱਟ, ਪੂਰੇ ਘੱਟ ਰੇਟਾਂ ਦੇ, ਪੂਰੇ ਪੂਰੇ ਟੌਪ ਦੀ ਚੀਜ਼ ਦੋ, ਟੌਪ ਦੀ ਚੀਜ਼ ਤੁਸੀਂ ਲੱਭਦੇ ਰਹੋਗੇ ਲੁਧਿਆਣੇ 'ਚ ਕਿ ਉਹੀ ਦੁਕਾਨ 'ਤੇ ਆਉਣਾ, ਨੈਤਿਕ ਹੈਂਡਲੂਮ 'ਤੇ। ਓਕੇ ਵੀਰੇ, ਦਿਖਾਈਏ ਤੁਹਾਨੂੰ ਐਡਵਾਂਸ? ਹਾਂਜੀ ਕਰੋ ਸ਼ੁਰੂ ਫਿਰ। ਪਹਿਲਾਂ ਧਮਾਕਾ ਦੇਖੋ, ਬੈੱਡਸ਼ੀਟ ਡਬਲ ਬੈੱਡਸ਼ੀਟ, ਡਬਲ ਬੈੱਡ ਦੀ ਦੋ ਪਿੱਲੋ ਨਾਲ। ਓਕੇ, ਡਬਲ ਪਿੱਲੋ ਬੈੱਡਸ਼ੀਟ ਖੋਲ ਕੇ ਦਿਖਾਓ। ਰੇਟ ਤੁਹਾਨੂੰ ਦੱਸਿਆ, ਰੇਟ ਬਿਲਕੁਲ ਸਭ ਤੋਂ ਘੱਟ ਰੇਟ। ਹਾਂ ਲਓ, ਡਬਲ ਡਬਲ ਬੈੱਡ ਦੀ ਬੈੱਡਸ਼ੀਟ 115 ਰੁਪਏ ਦੀ, ਸਿਰਫ 115 ਰੁਪਏ ਦੀ, ਵਿੱਚੇ ਪਿੱਲੋ, ਵਿੱਚੇ ਕੱਲਾ ਪਿੱਲੋ ਦਾ ਸੈੱਟ ਹੀ 100 ਰੁਪਏ ਦਾ ਆਉਂਦਾ, ਇਹ ਬੈੱਡਸ਼ੀਟ ਦੇ ਦਿੰਦਾ ਤੁਹਾਨੂੰ 115 ਰੁਪਏ ਦੀ। ਬੈੱਡਸ਼ੀਟ ਦੇ ਰੰਗ ਦੇਖੋ ਪਹਿਲਾਂ ਤੁਸੀਂ, ਆਹ ਦੇਖੋ ਕਲਰ ਦੇਖੋ, ਆਹ ਦੇਖੋ ਕਲਰ ਦੇਖੋ, ਜਿੰਨੇ ਪੀਸ ਦਿਖਾਣੇ ਤੁਹਾਨੂੰ ਸਾਰੇ ਅਲੱਗ ਅਲੱਗ ਦਿਖਾਣੇ ਆ। ਦੇਖੋ ਓਕੇ ਵੀਰੇ, ਚਾਹੇ 100 ਪੀਸ ਦੇਖ ਲਓ, 100 ਦਾ 100 ਰੰਗ ਅਲੱਗ। ਰੇਟ ਇੱਕ ਹੀ ਇਹਨਾਂ ਦਾ? ਰੇਟ ਇੱਕ ਹੀ ਆ, ਇੱਕ ਹੀ ਆ, 115 ਰੁਪਏ, 115 ਰੁਪਏ ਆ। ਦੇਖੋ ਆਹ ਦੇਖੋ, ਆਹ ਦੇਖੋ, ਹੁਣ ਇਸ ਤੋਂ ਬਾਅਦ ਤੁਹਾਨੂੰ ਇੱਕ ਕੁਆਲਿਟੀ ਹੋਰ ਦਿਖਾਉਂਦੇ ਹਾਂ। ਆਹ ਦੇਖੋ ਇਹ ਫੋਟੋ ਵਾਲਾ ਪੀਸ, ਫੋਟੋ ਵਾਲਾ ਪੀਸ। ਓਕੇ ਆਹ ਦੇਖੋ, ਆ ਕੱਪੜਾ ਵੀ ਦੇਖੋ, ਚਮਕ ਵੀ ਦੇਖੋ ਕੱਪੜੇ ਦੀ, ਰੇਟ ਵੀ ਕੁਛ ਨਹੀਂ ਆ ਵੀ। ਹਾਂ ਦੇਖ ਲਓ, ਪੀਸ ਚੈੱਕ ਕਰੋ ਖੋਲ ਕੇ, ਉਸ ਤੋਂ ਬਾਅਦ ਆਹ ਦੇਖੋ, ਆਹ ਦੇਖੋ ਵੀ ਬਹੁਤ ਸੋਹਣਾ ਪੀਸ ਹੈ ਵੀ। ਦੇਖੋ ਕੱਪੜਾ ਦੇਖੋ, ਸਲਾਈਆਂ ਦੇਖੋ ਪੂਰੀਆਂ ਓਕੇ ਨਹੀਂ, ਧਾਗੇ ਧੁੱਗੇ ਬਾਹਰ ਨਿਕਲੇ ਹੋਣਗੇ ਜਾਂ ਚੀਰ ਚਾਦਰ ਦੀ ਸਫਾਈ ਨਹੀਂ ਹੋਊਗੀ। ਆ ਪਿੱਲੋ ਦੇਖੋ ਤੁਹਾਨੂੰ, ਆ ਡਬਲ ਪਿੱਲੋ ਨਾਲ ਆ, ਸਾਈਜ਼ ਪੂਰਾ ਪਿੱਲੋ ਦਾ ਦੇਖੋ। ਇਹਨਾਂ ਦਾ ਕੀ ਪ੍ਰਾਈਸ ਹੈ? ਸਿਰਫ 168 ਰੁਪਏ ਦੀ, ਸਿਰਫ 168 ਰੁਪਏ ਦੀ, ਸਿਰਫ 168 ਦੀ। ਇਹ ਹੋਲਸੇਲ ਰੇਟ ਹੈ ਜੀ, ਰਿਟੇਲ ਨਹੀਂ, ਹੋਲਸੇਲ ਹੈ, ਸਿਰਫ ਹੋਲਸੇਲ ਰੇਟ ਹੈਗੇ ਆ। ਰਿਟੇਲ ਦੇ ਇੱਕ ਪੀਸ ਨਹੀਂ ਆਪਾਂ, ਜੇ ਆਪਾਂ ਲੈਣੇ ਕਿੰਨੇ ਲੈ ਸਕਦੇ ਹਾਂ? ਲੈਣ ਨੂੰ ਗੱਲ ਸਮੇਂ ਸ਼ੋਪ 'ਤੇ ਆਓ, 10,000 ਦਾ ਮਾਲ, 5,000 ਜੇ ਵਰਾਇਟੀ ਪੂਰੀ ਕਰਨੀ ਆਪਾਂ ਕਰ ਦਿੰਦੇ ਹਾਂ। ਜੇ ਔਨਲਾਈਨ ਇੱਕ ਇੱਕ ਪੀਸ ਦਾ ਰੇਟ ਨਹੀਂ ਹੈਗਾ, ਇੱਕ ਪੀਸ ਦਾ ਰੇਟ ਵੈਸੇ ਤਾਂ ਅਸੀਂ ਰਿਟੇਲ ਕਰਦੇ ਨਹੀਂ ਹੈਗੇ, ਪ੍ਰੋਪਰ ਹੋਲਸੇਲ 4-5 ਜੇ ਪੀਸ ਲਓ ਫਿਰ। ਹਾਂਜੀ ਫਿਰ ਉਸ ਤੋਂ ਬਾਅਦ ਆ ਗਈ, ਆ ਦੇਖੋ, ਠੀਕ ਹੈ, 205 ਰੁਪਏ। ਓਕੇ, ਕਲਰ ਆਪਸ਼ਨ ਬਹੁਤ, ਕੱਪੜਾ ਵੀ ਉਸ ਤੋਂ ਸੁਪਰ। 3 ਦੇ ਪਿੱਲੋ ਦੇਖੋ ਪਹਿਲੇ ਤੁਸੀਂ, ਬਾਰਡਰ ਵਾਲੇ, ਆਹ ਦੇਖੋ ਪਿੱਲੋ ਦੇਖੋ, ਸਾਈਜ਼ ਦੇਖੋ ਪਿੱਲੋ ਦਾ, ਆਹ ਸਾਰੇ ਬਾਰਡਰ ਬਣੇ ਆ ਟੋਟਲ। ਆਹ ਦੇਖੋ ਦੋਨੋਂ ਪਿੱਲੋ ਪੀਸ ਬਹੁਤ ਵਧੀਆ ਨੇ। ਆਹ ਦੇਖੋ ਡਿਜ਼ਾਈਨ ਦੇਖੋ, ਖੋਲ ਕੇ ਖਾਂਦੇ ਪੀਸ ਤੁਹਾਨੂੰ। ਰੇਟ ਵੀ ਕੁਛ ਨਹੀਂ ਹੁੰਦਾ, ਇਹ ਹੋਲਸੇਲ ਦੇ ਰੇਟ ਦੱਸਦੇ ਮੈਂ ਤੁਹਾਨੂੰ ਸਾਰੇ, ਰਿਟੇਲ ਦੇ ਰੇਟ ਨਹੀਂ ਹੈ ਕਿ ਹੋਲਸੇਲ ਦੇ ਰੇਟ ਹੈ। 205 ਰੁਪਏ, 205 ਰੁਪਏ ਚੱਦਰ, 205 ਰੁਪਏ ਮਾਲ ਮਿਲਦਾ ਨਹੀਂ ਇਹਦਾ, ਇਹ ਲੋਕੀ ਖੋ ਖੋ ਲੈ ਕੇ ਜਾਂਦੇ ਮਾਲ ਸਾਡੇ ਤੋਂ, ਖੋ ਖੋ ਕੇ ਰੋਡ ਦੇ ਗੱਠਾ, ਅੱਜ ਵੀ 4 ਗੱਠਾ ਲਿਖੀਆਂ ਵੀ ਆ ਕਿਸੇ ਕਸਟਮਰ ਦੀਆਂ ਸਾਡੀਆਂ। ਕੋਈ ਰੰਗ ਰੁੰਗ ਰੰਗ ਦੇਖੋ, ਆਹ ਕੁੜੀਆਂ, ਆਹ ਦੇਖੋ ਪਹਿਲੇ ਇੱਕ ਪਹਿਲਾ ਰੰਗ ਦੇਖੋ, ਆਹ ਲਓ ਦੂਜਾ, ਆਹ ਲਓ ਤੀਜਾ, ਚਾਦਰਾਂ ਦੀ ਚਾਦਰਾਂ ਰੰਗ ਨੀ ਲੱਥਦਾ। ਓਕੇ, ਆਹ ਦੇਖੋ ਕਿੰਗ ਸਾਈਜ਼, ਵੱਡਾ ਸਾਈਜ਼ ਨੀ ਹੁੰਦਾ ਚਾਦਰ ਦਾ, ਇਹ ਵੱਡਾ ਸਾਈਜ਼ ਆ ਕਿੰਗ ਸਾਈਜ਼।
ਜਿਹੜੇ ਵੱਡੇ ਬੈੱਡ ਦੀਆਂ ਚਾਦਰਾਂ ਹੁੰਦੀਆਂ ਦੋ ਪਿੱਲੋ ਨਾਲ ਹੈ, ਪਿੱਲੋ ਹਰੇਕ ਦੇ ਨਾਲ ਦੋ ਦੋ ਪਿੱਲੋ ਹੋਣਗੇ ਜਿਹੜੀ ਵੀ ਚਾਦਰ ਦਿਖਾਵਾਂਗੇ ਅਸੀਂ ਬਾਈ ਚਾਂਸ ਵੀਡੀਓ ਦੇ ਵਿੱਚ ਜਲਦੀ ਜਲਦੀ ਨਾ ਦਿਖਾ ਪਾਏ ਤੁਹਾਨੂੰ ਮੈਂ ਦੱਸਤਾ ਪਿੱਲੋ ਫ੍ਰੀ ਹੋਣਗੇ, ਦੋ ਪਿੱਲੋ ਫ੍ਰੀ ਹੋਣਗੇ ਨਾਲ ਲੋ ਬੈਡਸ਼ੀਟ ਬਜਾਜ ਦੀ ਆਪਣੋ ਬੈਡਸ਼ੀਟ ਸੋਹਣੀ ਹੈ ਵੀ ਫ੍ਰੀ ਹਾਂ ਲੋ ਸਰਵਿਸਮੈਂਟ ਦਾ ਕੱਪੜਾ ਹੁੰਦਾ ਜਿਹੜਾ ਵਰਤਨ ਦਾ ਚੀਜ਼ ਉਹਨੂੰ ਪਤਾ ਲੱਗ ਜਾਣਾ ਕਿਸੇ ਦਾ ਕੱਪੜਾ ਹਾਂ ਵੀ ਹਾਂਜੀ ਵਧੀਆ ਰੰਗ ਦੇਖੋ ਇਹਦੇ ਵੀ ਰੰਗ ਬਹੁਤ ਹੈਗੇ ਆਪਣੇ ਕੋਲ ਇਹਦਾ ਕੀ ਪ੍ਰਾਈਸ ਰੇਟ ਪਰ ਸਿਰਫ 260 ਰੁਪਏ ਓਕੇ ਹੋਲਸੇਲ ਰੇਟ ਹੈ ਇਹ ਗੱਠਾਂ ਦੇ ਰੇਟ ਹੈਗੇ ਜੇ ਬਾਕੀ ਜੇ ਸ਼ੋਪ ਦੇ ਉੱਤੇ ਆਉਂਦੇ ਆ ਬੰਦੇ ਜੇ ਮਾਲ ਇਕੱਠਾ ਕਰਾਉਂਦੇ 10-20 ਹਜ਼ਾਰ ਦਾ ਫਿਰ ਅਸੀਂ 20-20 ਪੀਸ 15-15 ਪੀਸ ਪਾ ਕੇ ਵਰਾਇਟੀ ਬਣਾ ਦਿੰਦੇ ਹਾਂ ਅਗਲੇ ਨੂੰ ਆਹ ਰੰਗ ਦੇਖੋ ਕਲਰ ਰੰਗ ਦੇਖੋ ਆਹ ਦੇਖੋ ਜਿਵੇਂ ਸਾਈਡ ਤੇ ਲਾਸਟ ਚੜੀ ਹੁੰਦੀ ਨਾ ਉਹ ਚਾਦਰ ਹੈ ਪਿੱਲੋ ਵੀ ਆਉਂਦੇ ਦੂਜੇ ਬਾਰਡਰ ਵਾਲੇ ਆ ਓਕੇ ਵੀਰੇ ਪਿੱਲੋ ਵੀ ਬਾਰਡਰ ਵਾਲੇ ਆਉਂਦੇ ਆਹ ਦੇਖੋ ਆਹ ਲਾਸਟ ਡਿਜ਼ਾਈਨ ਹੀ ਬੜੀ ਸੋਹਣੀ ਆ ਡਿਜ਼ਾਈਨ ਹੀ ਸਾਰੀ ਅਲੱਗ ਅਲੱਗ ਹੋਊਗੀ ਜਿੰਨੇ ਡਿਜ਼ਾਈਨ ਹੋਣਗੇ ਆਹ ਲਾਸਟ ਜੜੀ ਸਾਈਡ ਤੇ ਆਹ ਦੇਖੋ ਹਾਂਜੀ ਵੀਰੇ ਆਹ ਲਾਸਟ ਜੜੀ ਇਹ ਕਵਰ ਹੋ ਜਾਂਦਾ ਜਿੱਦਾਂ ਆਪਾਂ ਗੱਦੇ ਤੇ ਚੜਾਉਂਦੇ ਆ ਕਵਰ ਹੋ ਜਾਂਦਾ ਠੀਕ ਹੈ ਨਾ ਫਿਟਡ ਹੈਗੀ ਆ ਇਹ ਕਿੰਨੀ ਦੀ ਆ 300 310 ਰੁਪਏ ਦੀ ਓਕੇ ਵੀਰੇ ਆਹ ਦੇਖੋ ਰੰਗ ਦੇਖੋ ਆ ਰੰਗ ਨੇ ਇਹਦੇ ਵਿੱਚ ਬਈ ਰੰਗ ਦੇਖੋ ਕਿੰਨੇ ਮਰਜ਼ੀ ਚੱਕ ਲਿਓ ਜਿੱਦਾਂ ਦਾ ਤੁਹਾਨੂੰ ਪਸੰਦ ਆਵੇ ਆਹ ਦੇਖੋ ਮਾਲ ਦੀ ਚਮਕ ਦੇਖੋ ਪਹਿਲੇ ਤੁਸੀਂ ਇਹ ਨੀ ਹੈਗਾ ਆਪਣੇ ਕੋਲੋਂ ਘੱਟ ਹੈ ਤੇ ਮਾਲ ਰੱਦੀ ਦੇ ਦੇਣਾ ਆਪਣੇ ਕੋਲ ਕੰਮ ਨੀ ਹੈਗਾ ਆਪਾਂ ਮਾਲ ਵੀ ਉਹ ਦੇਣਾ ਵਾ ਜਿਹੜਾ ਅਗਲੇ ਦੁਕਾਨ ਤੇ ਜਾਵੇ ਨਾਲ ਹੀ ਵਿਕੇ ਇਹ ਨੀ ਹੈਗਾ ਕਿ ਅਸੀਂ ਗਾਹਕ ਨੂੰ ਮਾਲ ਦਿੱਤਾ ਤੇ ਮੁੜ ਕੇ ਅਸੀਂ ਬੈਠੇ ਆ ਤੇ ਗਾਹਕ ਆਪਣੇ ਬੈਠਾ ਗਰੰਟੀ ਲੈਂਦਾ ਗਰੰਟੀ ਅਸੀਂ ਕਹਿੰਦੇ ਮਾਲ ਜਾ ਕੇ ਠਾਠਾ ਕਰੇ ਵਿਕੇ ਤੇ ਗਾਹਕ ਠਾਠਾ ਕਰਕੇ ਆਵੇ ਆ ਦੇਖੋ ਰੰਗ ਆਹ ਦੇਖੋ ਸੋਹਣਾ ਬਈ 380 ਰੁਪਏ ਰੇਟ ਹੈਗਾ ਇਹਦਾ ਓਕੇ ਵੀਰੋ 380 ਰੁਪਏ ਹੈ ਇਹ ਪੀਸ ਦੀ ਪੈਕਿੰਗ ਦੇਖੋ ਗਾਹਕ ਭੱਜ ਕੇ ਲੈ ਜੂਗਾ ਪੀਸ 500 ਰੁਪਏ ਦਾ ਜਿੱਥੇ ਮਰਜ਼ੀ ਜੇ ਰਿਟੇਲ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਮੜਿਆ ਹੁਣ ਚਾਦਰ ਆਹ ਰੰਗ ਦੇਖੋ ਇਹਨਾਂ ਦੇ ਕਿੰਨੇ ਰੰਗ ਹਾਂਜੀ ਵੀਰੇ ਆਹ ਪੈਕਿੰਗ ਵਾਲੀ ਚਾਦਰ ਓਕੇ ਵੀਰੇ ਆਹ ਦੇਖੋ ਬਾਕਸ ਪੈਕਿੰਗ ਸਭ ਤੋਂ ਘੱਟ ਰੇਟ ਦੇ ਦੇਣਾ ਤੁਸੀਂ ਦੱਸੋ ਕਿੰਨੇ ਦੇ ਦੀ 5-5-6-6 ਰੁਪਏ ਪੀਸ ਤੋਂ ਘੱਟ ਪੀਸ ਨਹੀਂ ਵਿਕਦਾ ਤੁਹਾਨੂੰ ਦੇ ਦੇਣਾ 245 ਰੁਪਏ ਸਿਰਫ 245 ਰੁਪਏ ਲੁੱਟ ਕੇ ਲੈ ਜਾਓ ਆਹ ਲਓ ਸਾਰੇ ਦਿਖਾ ਨੀ ਸਕਦੇ ਵੀਡੀਓ ਬਹੁਤ ਲੰਬੀ ਹੋ ਜਾਣੀ ਇਸ ਕਰਕੇ ਦਿਖਾ ਨੀ ਸਕਦੇ ਅਸੀਂ ਹੋਰ ਵੀ ਹੋਰ ਕੀ ਫਿਟਡ ਚਾਦਰ ਹੈਗੀ ਆ ਇਹ ਵੀ ਪੈਕਿੰਗ ਵਾਲੀ ਓਕੇ ਵੀਰੇ 290 ਰੁਪਏ ਠੀਕ ਹੈ ਪੈਕਿੰਗ ਵਾਲੀ ਫਿਟਡ ਹੈ ਚਾਦਰ ਆ ਲਓ ਬੋਰਾ ਬੰਨਿਆ ਗਿਆ ਜੇ ਚੱਲਿਆ ਮਾਲ ਇਹਲਾ ਓਕੇ ਇਹ ਮਾਲ ਚੱਲਿਆ ਫਿਟਡ ਦਾ ਇੱਕ ਬੋਰਾ ਠੀਕ ਹੈ
ਹਾਂ ਦੇਖੋ ਇਹ ਸਿੱਟੀ ਟੈਗੀ ਆ ਕਹਿਣ ਨਾਲ ਵੈਰਾਈਟੀ ਹੁਣ ਅਲੱਗ ਅਲੱਗ ਤੁਹਾਨੂੰ ਦਿਖਾਈ ਜਾਵਾਂਗੇ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਵੈਰਾਈਟੀ ਵਾਧੂ ਹੈ ਦੁਕਾਨ ਤੇ ਆਓ ਦੁਕਾਨ ਤੇ ਚੈੱਕ ਕਰੋ ਤਸੱਲੀ ਕਰਕੇ ਫਿਰ ਲੈ ਕੇ ਜਾਇਓ ਹਾਂਜੀ ਪਰਦੇ ਦਿਖਾਉਣਾ ਤੁਹਾਨੂੰ ਹਾਂ ਦੇਖੋ ਪ੍ਰਿੰਟ ਪਰਦੇ ਹੈਗੇ ਆ ਸਿੰਪਲ ਪਰਦੇ ਨਹੀਂ ਹੈਗੇ ਪਰਦਾ ਆਪਣੇ 120 ਤੋਂ ਚਾਲੂ ਹੈਗਾ 120 ਸਟਾਰਟਿੰਗ 120 ਰੁਪਏ ਤੋਂ ਹੈ ਸਟਾਰਟਿੰਗ 120 ਰੁਪਏ ਤੋਂ ਉਸ ਤੋਂ ਉੱਪਰ ਜਿਵੇਂ 20-20 ਰੁਪਏ ਜਿੱਦਾਂ ਡਿਜ਼ਾਈਨ ਵਧੀ ਜਾਊਗਾ ਉਦੋਂ ਰੇਟ ਵਧੀ ਜਾਣਗੇ ਕੋਈ ਖਾਸ ਨਹੀਂ 10-20 ਰੁਪਈਆ ਡਿਜ਼ਾਈਨ ਦੇਖੋ ਤੁਸੀਂ ਇਹ ਡਿਜ਼ਾਈਨ ਸਮਝ ਲਓ 120 ਤੋਂ ਲੈ ਕੇ 200 ਰੁਪਏ ਰੇਂਜ ਦੇ ਵਿੱਚ ਲੱਗਿਆ ਇਸ ਤੋਂ ਉੱਪਰ ਪੜਦਾ ਨਹੀਂ ਹੈਗਾ ਇਹਦੇ ਵਿੱਚ ਰੇਂਜ ਦੇ ਵਿੱਚ ਸਾਰੇ ਡਿਜ਼ਾਈਨ ਦੇ ਲੋ ਅਲੱਗ ਅਲੱਗ ਡਿਜ਼ਾਈਨ ਲੱਗੇ ਹੋਏ ਨੇ 200 ਰੁਪਏ ਤੋਂ ਉੱਤੇ ਨਹੀਂ ਹੈਗਾ ਪੜਦਾ ਡਿਜ਼ਾਈਨ ਇੱਕ ਤੋਂ ਇੱਕ ਹੈਗਾ